ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਦੇ ਆਈਕੋਨ 'ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਵੀਡੀਓਜ਼ ਅਲਰਟ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ। ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ। ਤਾਂ ਅੱਜ ਪਿੰਡ ਅਹਿਮਦਗੜ੍ਹ ਛੰਨਾ ਦੇ ਕਬੱਡੀ ਕੱਪ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਜੋਧਾਂ ਅਤੇ ਚੌਂਦੇ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਜੋਧਾਂ ਦੀ ਟੀਮ ਜਿਸ ਨੂੰ 51,000 ਰੁਪਏ ਦਾ ਇਨਾਮ ਅਤੇ ਸੈਕਿੰਡ ਰਹੀ ਚੌਂਦੇ ਦੀ ਟੀਮ ਜਿਸ ਨੂੰ 41,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਬੱਬੂ ਚੌਂਦਾ, ਜਿਸ ਨੂੰ 11,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਬੈਸਟ ਸਟੋਪਰ ਨਿਕਲਿਆ ਸਿੰਗਾਰਾ ਹੋਲ ਵਾਲਾ, ਜਿਸ ਨੂੰ 11,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਪਿੰਡ ਜੋਧਾਂ ਦੀ ਟੀਮ ਵਿੱਚ ਸੋਨੀ ਸੀਹਾਂ ਦੌਦ, ਤੋਤਾ ਕੰਗਣਵਾਲ, ਬਿੰਦੂ ਢੋਡੇ, ਕਿੰਦੀ ਖੇਡੇ। ਅਤੇ ਚੌਂਦਾ ਦੀ ਟੀਮ ਵਿੱਚ ਜੱਸਾ ਭੜਥਲਾ, ਸਿੰਗਾਰਾ ਹੋਲ, ਅਸਰਾ ਚੌਂਦਾ, ਬੱਬੂ ਚੌਂਦਾ, ਲਾਡੀ ਸਰਬਾ ਚੌਂਦਾ, ਕਾਕਾ ਅਤੇ ਬਲਕਰਨ ਖੇਡੇ। ਅਤੇ ਅੱਜ ਦਾ ਦੂਜਾ ਕਬੱਡੀ ਕੱਪ ਨਦੋਹਰ, ਜਿਸ ਦੇ ਕੱਪ ਵਿੱਚ ਫਾਈਨਲ ਮੈਚ ਵਿੱਚ ਪੁੱਜੀਆਂ ਚੋਲਾ ਸਾਹਿਬ ਅਤੇ ਜੋਗੇਵਾਲ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਚੋਲਾ ਸਾਹਿਬ 27.5 ਅੰਕ ਲਏ, 51,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਜੋਗੇਵਾਲ ਦੀ ਟੀਮ 17 ਨੰਬਰ ਲਏ, 41,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਗੁਰਲਾਲ ਸੋਹਲ, ਜਿਸ ਨੂੰ 11,000 ਰੁਪਏ ਦਿੱਤਾ ਗਿਆ। ਅਤੇ ਬੈਸਟ ਟੋਪਰ ਨਿਕਲਿਆ ਅਰਸ ਚੋਲਾ ਸਾਹਿਬ, ਜਿਸ ਨੂੰ 11,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਚੋਲਾ ਸਾਹਿਬ ਦੀ ਟੀਮ ਵਿੱਚ ਅਰਸ ਚੋਲਾ ਸਾਹਿਬ, ਬਾਜੂ ਭਲਵਾਨ, ਸੋਢੀ ਰਤਨਗੜ੍ਹ, ਹਰਮਨ ਜਲਾਲਪੁਰ, ਰਾਜਾ ਪੰਧੇੜੀ, ਗੁਰਲਾਲ ਸੋਹਲ, ਦੀਪ ਦੁਬਰਜੀ, ਗੁਰਜੀਤ ਪੱਤੀ ਖੇਡੇ। ਅਤੇ ਜੋਗੇਵਾਲਾ ਦੀ ਟੀਮ ਵਿੱਚ ਸੁੱਖਾ ਨਿਰੰਜਨਪੁਰ, ਘੋੜਾ ਰਾਮਦਾਸ ਭੂਰੀ, ਕਰਨ ਔਲਖ, ਜੱਸਾ ਰਾਮਦਾਸ, ਖੁਸ਼ ਅਟਵਾਲ, ਬਾਂਟੀ ਚੌੜੇ ਮਾਦਰੇ ਵਾਲਾ ਖੇਡੇ। ਅਤੇ ਅੱਜ ਦਾ ਤੀਜਾ ਕਬੱਡੀ ਕੱਪ ਧੂਰੀ ਵਿਖੇ, ਜਿਸ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਰੋਇਲ ਕਿੰਗ USA ਅਤੇ ਸਾਕੁੱਟ ਲੋਇਨਸ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਰੋਇਲ ਕਿੰਗ USA 40 ਅੰਕ ਲਏ, 2,00,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਸਾਕੁੱਟ ਲੋਇਨਸ ਦੀ ਟੀਮ 34.5 ਅੰਕ ਲਏ, 1,50,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਧੂਰੀ ਦੇ ਕੱਪ ਦੇ ਬੈਸਟ ਰੇਡਰ ਬਣਿਆ ਸੰਦੀਪ ਲੂਦਰ, ਜਿਸ ਨੂੰ ਮੋਟਰਸਾਈਕਲ ਦਿੱਤਾ ਗਿਆ। ਅਤੇ ਬੈਸਟ ਸਟੋਪਰ ਨਿਕਲਿਆ ਇੰਦਰਜੀਤ ਕਲਸੀਆਂ, ਜਿਸ ਨੂੰ ਵੀ ਮੋਟਰਸਾਈਕਲ ਦਿੱਤਾ ਗਿਆ। ਅਤੇ ਰੋਇਲ ਕਿੰਗ USA ਦੀ ਟੀਮ ਵਿੱਚ ਇੰਦਰਜੀਤ ਕਲਸੀਆਂ, ਕਮਲ ਟਿੱਬਾ, ਤਾਰੀ ਖੀਰਾਂ ਵਾਲੀ, ਅਮਨ ਬਿੱਲੀ ਲੱਲੀਆਂ, ਜੀਤਾ ਤਲਵੰਡੀ, ਮਲੂਕ ਅਲੀ, ਗੱਗੀ ਖੀਰਾਂ ਵਾਲ, ਨਾਟ ਝੋਟ ਛਪਾਰ, ਰਿੰਕੂ ਖਰੈਤੀ ਅਤੇ ਜੱਗੂ ਸੈਦੋਵਾਲ ਖੇਡੇ। ਅਤੇ ਸ਼ਾਹਕੋਟ ਲੋਇਨਸ ਦੀ ਟੀਮ ਵਿੱਚ ਸੰਦੀਪ ਲੂਦਰ, ਸੁਲਤਾਨ ਸਮਸਪੁਰ, ਖੁਸ਼ੀ ਦੁੱਗਾ, ਸ਼ਰਨਾ ਡੱਗਰੁਮਾਣਾ, ਬਿੰਦੂ ਦਤਾਲ, ਗੁਰਪ੍ਰੀਤ ਬੁਰਜਹਰੀ, ਫੂਲਾ ਸੂਸਕ, ਸਲਾਮੂ ਸ਼ਾਮ ਚੁਰਾਸੀ, ਚਿਰਾਗਦੀਨ ਮਈਆਂ ਵਾਲਾ ਖੇਡੇ। ਅਤੇ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ। ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਅਤੇ ਜੇ ਕੋਈ ਸਵਾਲ ਜਾਂ ਸੁਝਾਵ ਹੋਵੇ ਉਹ ਵੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਅਤੇ ਨਾਲ ਬਣੇ ਬੈੱਲ ਨੂੰ ਵੀ ਜ਼ਰੂਰ ਦਬਾ ਦਿਓ, ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਵੀਡੀਓਜ਼ ਦਾ ਪਤਾ ਲੱਗਦਾ ਰਿਹਾ ਕਰੂਗਾ।
ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ। ਧੰਨਵਾਦ।